मैं गरीब सच टेक तू मेरे सतगुर पूरे देख तुम्हारा दर्शनों मेरा मन तीरे तिसते मुख नहीं मोरे ओ सहज आनंद रखियो गृह भीतर उठ उआहू को दौरे ओ आज्ञा में भूख सोई कुर सुखा सोख हरख नहीं जाने जो जो हुक्म भयो साहिब का सो माते ले माने सत्कार्य गुरु प्यारे सत्संगी जनों आप सारे ही जुगो जुग अटल साहिब श्री गुरु ग्रंथ साहिब महाराज सतगुरु पिता महादेव पावन पवित्र गोदा आनंद मान रहे हो शहीदां दे सरताज बाणी के बोहित शांति दे पुंज धन धन श्री गुरु अर्जन देव जी महाराज का शहीदी दिहाड़ा आप सारे ही बड़े सत्कार भावना नाल मना रहे मेरे गुरमुख प्यारे वीर भाई साहब हुरी बहुत ही सुंदर बचन इतिहासिक बचन आप संगतां नूं सरवण करा रहे सन जदों कोई प्रक्रम चल रहा होवे ते मन करदा है वी जिन्ना चिर इहदा एंड नहीं हुंदा जिन्ना चिर इह प्रक्रम पूरा नहीं हुंदा इहनूं सुणदे जाईए क्योंकि गुरु दी रहमत है भाई साहिब होरी बहुत ही सुंदर ढंग नाल आपां नूं सरवण करा रहे सन पर समय के लिहाज नाल दास नूं भी आप संगतां दे कीर्तन दे सेवा लई बुला रहा है आओ आपां सारिआं ने सतगुरु महाराज दे चरणां नाल जुड़ना है धन गुरु अर्जन देव जी महाराज दी शहादत उस संबंध विच आपां सारिआं ने बाणी नाल जुड़ना है कोई रसना वांझ ना रहे मेरी कोशिश यही है कि आपां
ਮਿਲ ਕੇ ਕੀਰਤਨ ਕਰੀਏ। ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਮੈਂ ਛੋਟੀ ਜਿਹੀ ਗੱਲ ਕਰਕੇ ਫਿਰ ਕੀਰਤਨ ਦੀ ਆਰੰਭਤਾ ਕਰਦਾ। ਜਦੋਂ ਭਾਈ ਸੱਤਾ ਅਤੇ ਭਾਈ ਬਲਵੰਡ ਨਾਰਾਜ਼ ਹੋ ਗਏ, ਇਹਨੂੰ ਭਾਵੇਂ ਆਪਾਂ ਇਸ ਢੰਗ ਨਾਲ ਕਹਿ ਲਈਏ ਅਤੇ ਭਾਵੇਂ ਗੁਰੂ ਦੀ ਇੱਕ ਰਹਿਮਤ ਹੋਣੀ ਸੀ, ਇਹ ਭਾਣਾ ਸ਼ਾਇਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਵਰਤਾਇਆ ਹੋਵੇ। ਪਰ ਇਤਿਹਾਸ ਕਹਿੰਦਾ ਹੈ ਜਦੋਂ ਭਾਈ ਸੱਤਾ ਅਤੇ ਭਾਈ ਬਲਵੰਡ ਨਾਰਾਜ਼ ਹੋ ਗਏ, ਸਤਿਗੁਰੂ ਪਿਤਾ ਮਹਾਰਾਜ ਦੇ ਨਿਕਟਵਰਤੀ ਸਿੰਘ ਸਿੱਖ ਭਾਈ ਸਾਹਿਬ ਹੋਰਾਂ ਦੇ ਘਰ ਗਏ ਮਨਾਉਣ ਵਾਲੇ, ਆ ਜਾਓ ਕੀਰਤਨ ਕਰੋ, ਨਾ ਆਏ। ਸਾਰਿਆਂ ਨੇ ਬੜੀ ਕੋਸ਼ਿਸ਼ ਕੀਤੀ, ਨਾ ਆਏ। ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪ ਜਾਣਾ ਪਿਆ। ਸਤਿਗੁਰੂ ਪਿਤਾ ਮਹਾਰਾਜ ਨੇ ਕਿਹਾ ਭਾਈ ਸੱਤਾ ਅਤੇ ਭਾਈ ਬਲਵੰਡ ਆਓ, ਸੰਗਤਾਂ ਉਡੀਕ ਰਹੀਆਂ ਨੇ, ਕੀਰਤਨ ਦੀ ਆਰੰਭਤਾ ਕਰੋ। ਪਰ ਸਤਿਗੁਰੂ ਪਿਤਾ ਮਹਾਰਾਜ ਦਾ ਬਚਨ ਨਾ ਮੰਨਿਆ। ਸਤਿਗੁਰੂ ਸੰਗਤਾਂ ਵਿੱਚ ਵਾਪਸ ਆ ਗਏ ਤਾਂ ਸੰਗਤਾਂ ਨੂੰ ਹੁਕਮ ਕੀਤਾ ਕਿ ਤੁਸੀਂ ਆਪ ਹੀ ਕੀਰਤਨ ਕਰਨਾ ਹੈ। ਆਖੋ ਸਤਨਾਮ ਤੇ ਸੰਗਤਾਂ ਹੱਕੀਆਂ ਬੱਕੀਆਂ ਸਤਿਗੁਰੂ ਪਾਤਸ਼ਾਹ, ਅਸੀਂ ਤੇ ਕਦੇ ਕੋਈ ਸਾਜ਼ ਵਜਾਇਆ ਹੀ ਨਹੀਂ, ਸਾਨੂੰ ਤੇ ਕਿਸੇ ਸਾਜ਼ ਬਾਰੇ ਜਾਣਕਾਰੀ ਹੀ ਨਹੀਂ। ਤੇ ਵੈਸੇ ਮੇਰਾ ਖਿਆਲ ਕਦੇ ਕਦੇ ਕਹਿੰਦਾ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਕਦੇ ਕਦੇ ਮੇਰਾ ਖਿਆਲ ਕਹਿੰਦਾ ਹੈ, ਅੱਜ ਦੇਖੋ ਮੇਰੀਆਂ ਭੈਣਾਂ ਬੀਬੀਆਂ ਬੱਚੇ ਬਜ਼ੁਰਗ ਨੌਜਵਾਨ ਵੀਰ ਸਾਰੇ ਹੀ ਕੀਰਤਨ ਕਰਦੇ, ਇਹ ਮੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੋਤਕ ਵਰਤਾਇਆ ਜ਼ਰੂਰ, ਨਹੀਂ ਤਾਂ ਇੱਕ ਕੀਰਤਨੀਆਂ ਜਿਹੜਾ ਸਤਿਗੁਰੂ ਪਿਤਾ ਮਹਾਰਾਜ ਦੇ ਸਰੀਰਕ ਜਾਮੇ ਦੇ ਵਿੱਚ ਨਾਲ ਹੈ, ਕਿੰਨੀ ਭਾਰੀ ਕਿਰਪਾ ਉਸ ਕੀਰਤਨੀਆਂ ਤੋਂ ਹੋਏਗੀ ਭਾਈ ਸੱਤਾ ਤੇ ਭਾਈ ਬਲਵੰਡ। ਪਰ ਐਸਾ ਇੱਕ ਮਾਹੌਲ ਬਣ ਗਿਆ ਕਿ ਸਤਿਗੁਰੂ ਪਿਤਾ ਮਹਾਰਾਜ ਨੇ ਸੰਗਤਾਂ ਨੂੰ ਦਾਤ ਵੀ ਦਿੱਤੀ ਹੈ ਤੇ ਸਤਿਗੁਰੂ ਨੇ ਆਪਣਾ ਨਾਂ ਨਹੀਂ ਕੀਤਾ। ਮਾਹੌਲ ਹੀ ਐਸਾ ਬਣ ਗਿਆ, ਕਾਰਨ ਹੀ ਐਸਾ ਬਣ ਗਿਆ, ਆਓ ਸੰਗਤੇ ਕੀਰਤਨ ਕਰੀਏ। ਤੇ ਸੰਗਤਾਂ ਕਹਿੰਦੇ ਸਤਿਗੁਰੂ ਪਿਤਾ ਮਹਾਰਾਜ, ਅਸੀਂ ਕਦੇ ਸਾਜ਼ ਛੇੜਿਆ ਨਹੀਂ, ਸਾਜ਼ ਵਜਾਇਆ ਨਹੀਂ, ਸੁਣਿਆ ਜ਼ਰੂਰ ਹੈ। ਤੇ ਮਹਾਰਾਜ ਕਹਿੰਦੇ ਤੁਸੀਂ ਕੋਸ਼ਿਸ਼ ਕਰੋ ਤੇ ਗੁਰੂ ਨਾਨਕ ਸਾਹਿਬ ਕਿਰਪਾ ਕਰੋ। ਅੱਜ ਸਾਰੇ ਗੁਰਸਿੱਖ ਵੀਰ, ਅੱਜ ਅੰਮ੍ਰਿਤ ਵੇਲੇ ਵੀ ਮੇਰੀ ਮਾਤਾਵਾਂ ਭੈਣਾਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ, ਉਪਰੰਤ ਕੀਰਤਨ ਕੀਤਾ ਤੇ ਮੈਨੂੰ ਯਾਦ ਆ ਰਿਹਾ ਸੀ, ਮੈਂ ਕਿਹਾ ਮੇਰੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਅੱਜ ਹਰ ਮਾਏ ਭਾਈ ਭੈਣ ਭਰਾ ਬੱਚੇ ਬੀਬੀਆਂ ਸਾਰੇ ਹੀ ਗੁਰੂ ਸਾਹਿਬ ਦੀ ਖੁਸ਼ੀਆਂ ਲੈ ਰਹੇ ਨੇ। ਤੇ ਇਸ ਕਰਕੇ ਆਪਾਂ ਸਾਰਿਆਂ ਨੇ ਕੀਰਤਨ ਵਿੱਚ ਹਾਜ਼ਰੀ ਭਰਨੀ, ਕੋਈ ਰਸਨਾ ਵਾਂਝੀ ਨਾ ਰਵੇ, ਕੋਈ ਇੰਨਾ ਸੋਚਿਓ ਵੀ ਖਬਰੇ ਮੇਰੀ ਆਵਾਜ਼ ਕਿਸ ਤਰ੍ਹਾਂ ਦੀ ਨਿਕਲੇ, ਕੋਈ ਸੁਣ ਕੇ ਹੱਸੇਗਾ, ਨਹੀਂ। ਜਦੋਂ ਬੰਦਾ ਪਿਆਰ ਵਿੱਚ ਹੋਵੇ ਨਾ, ਉਦੋਂ ਫਿਰ ਸਤਿਗੁਰੂ ਐਸੀ ਰਹਿਮਤ ਕਰਦਾ ਹੈ ਕਿ ਉਹਦੀ ਆਵਾਜ਼ ਵਿੱਚ ਮਿਠਾਸ ਕਿੱਥੋਂ ਆ ਗਈ ਇਹ ਉਹਨੂੰ ਵੀ ਪਤਾ ਨਹੀਂ ਲੱਗਦਾ, ਉਹ ਆਪ ਹੈਰਾਨ ਹੁੰਦਾ, ਮੇਰੀ ਐਸੀ ਭੈੜੀ ਆਵਾਜ਼ ਸੀ ਪਰ ਮੈਂ ਸ਼ਬਦ ਪੜਿਆ, ਅੱਜ ਮੈਨੂੰ ਖੁਦ ਨੂੰ ਮੇਰੀ ਆਤਮਾ ਪ੍ਰਸੰਨ ਹੋ ਗਈ, ਮੈਨੂੰ ਖੁਦ ਨੂੰ ਚੰਗਾ ਲੱਗਿਆ। ਸਮਝ ਲੈਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਰਹਿਮਤ ਕੀਤੀ ਹੈ। ਆਓ ਆਪਾਂ ਉਸ ਰਹਿਮਤ ਨੂੰ, ਸਤਿਗੁਰੂ ਪਿਤਾ ਮਹਾਰਾਜ ਦੀ ਰਹਿਮਤ ਨੂੰ ਆਪਾਂ ਪਛਾਣ ਸਕੀਏ, ਆਪਣੇ ਹਿਰਦੇ ਵਿੱਚ ਧਾਰਨ ਕਰ ਸਕੀਏ, ਕੋਈ ਰਸਨਾ ਵਾਂਝੀ ਨਾ ਰਹੇ। ਤਨ ਮਨ ਕਾਟ ਕਾਟ ਸਭ ਹਰ ਪੀ, ਕਾਟ ਸਭ ਹਰ ਤਨ ਮਨ ਕਾਟ ਸਭ ਵਿੱਚ ਅਗਨੀ ਆ
ارجن دیو جی مہاراج میرے سر تے ہاتھ رکھ کے کھڑے نے تے تانوں پھر اے محسوس ہوئے گا کہ میرا ستگرو سن رہے تے میں کر رہا تے پھر دیکھو زندگی دا آنند کیسے بندا ہے کوئی آن ملاوے Bye.
Nanak gurib
ਕਹਿੰਦੇ ਹਨ ਗੁਰੂ ਨੇ ਸਾਨੂੰ ਸਾਰਿਆਂ ਨੂੰ ਰਾਗੀ ਬਣਾਇਆ ਹੈ, ਸਭ ਨੂੰ ਗੁਰਬਾਣੀ ਗਾਇਨ ਅਤੇ ਸੁਣਨ ਦਾ ਬਲ ਦਿੱਤਾ ਹੈ। ਇਸੇ ਮੰਤਵ ਨਾਲ ਮਨਮੋਹਨ ਸਿੰਘ ਪੋਪਲੀ ਲਾਈਵ ਟੇਰਾ ਟੇਰਾ ਨੇ ਗੁਰਬਾਣੀ ਕੀਰਤਨ ਨੂੰ ਸਿੱਧਾ ਲਖਨਊ ਤੋਂ ਸ਼ੁਰੂ ਕਰਕੇ ਅੱਜ ਦੇਸ਼ਾਂ ਵਿਦੇਸ਼ਾਂ ਤੱਕ ਯੂਟਿਊਬ ਦੇ ਜ਼ਰੀਏ ਪਹੁੰਚਾ ਕੇ ਇੱਕ ਮੁਕਾਮ ਹਾਸਲ ਕੀਤਾ ਹੈ। ਗੁਰੂ ਇਹਨਾਂ ਦੀ ਗੁਰਬਾਣੀ ਪ੍ਰਚਾਰ ਪ੍ਰਸਾਰ ਨੂੰ ਬਲ ਬਖਸ਼ੇ ਅਤੇ ਸੇਵਾ ਕਰਦਿਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।